ਦੀਆਂ ਖੁਸ਼ੀਆਂ ਦੇ ਵਿੱਚ ਆ ਕੇ ਇੱਕ ਪਲ ਤੂੰ ਵੀ ਰਹਿਣਾ, ਇੱਕ ਪਲ ਤੂੰ ਵੀ ਬਹਿਣਾ, ਫਿਰ ਕਹਿਣਾ ਸਭ ਨੂੰ ਮਿਲ ਕੇ ਜੀ ਆਇਆ ਜੀ ਆਇਆ ਜੀ ਆਇਆ ਜੀ ਕਹਿਣਾ। ਐਜੂਕੇਸ਼ਨ ਡਿਪਾਰਟਮੈਂਟ ਦੀ ਆਨ ਤੇ ਸ਼ਾਨ ਨੇ ਸਲਵਿੰਦਰ ਸਿੰਘ ਸਮਰਾ ਜੀ, ਇਸ ਤੋਂ ਇਲਾਵਾ ਮਨੀ ਸੋਨੀ ਜੀ ਤੇ ਇਹਨਾਂ ਸਕੂਲ ਦੇ ਬੱਚਿਆਂ ਦਾ, ਇਹਨਾਂ ਸਕੂਲ ਦੇ ਅਧਿਆਪਕਾਂ ਦਾ ਤੇ ਜਿਹੜੇ ਵੱਖ ਵੱਖ ਸਕੂਲਾਂ ਤੋਂ ਇੱਥੇ ਅਧਿਆਪਕ ਆਏ ਨੇ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ ਵੈਲਕਮ। ਜਿਹੜਾ ਸਮਾਗਮ ਕੀਤਾ ਜਾ ਰਿਹਾ ਇਸ ਦੇ ਮੁੱਖ ਮਹਿਮਾਨ ਰਾਘਵ ਸੋਨੀ ਜੀ, ਗੁਰਜੀਤ ਸਿੰਘ ਸੇਖੋ ਜੀ, ਐਸ ਵੀ ਐਲ ਜੀ, ਡਾਕਟਰ ਅਦਿੱਤੀ ਐਲ ਜੀ, ਸ਼ਾਦੀ ਰੋੜਾ ਜੀ, ਅਜੇ ਬਹਿਲ ਜੀ, ਮੈਡਮ ਰੇਖਾ ਮਹਾਜਨ ਜੀ, ਸੰਜੀਵ ਮਹਾਜਨ ਜੀ, ਇਸ ਸਕੂਲ ਦੇ ਅੱਜ ਜੋ ਉਪਰਾਲਾ ਕੇ ਜੀ ਐਨ ਸੋਸਾਇਟੀ ਵੱਲੋਂ ਰੋਟਰੀ ਕਲੱਬ ਜਲੰਧਰ ਦੇ ਨਾਲ ਐਸੋਸੀਏਟ ਕਰਕੇ ਤੁਹਾਨੂੰ ਯੂਨੀਫਾਰਮ ਦਿੱਤੀਆਂ ਜਾ ਰਹੀਆਂ, ਇਹ ਬਹੁਤ ਹੀ ਵੱਡਾ ਉਪਰਾਲਾ। ਪੈਸੇ ਤਾਂ ਬਹੁਤ ਲੋਕਾਂ ਕੋਲ ਹੁੰਦੇ ਆ, ਲੇਕਿਨ ਕੁਝ ਲੋਕ ਹੁੰਦੇ ਆ ਜਿਹੜੇ ਸਮਾਜ ਦੀ ਭਲਾਈ ਵਾਸਤੇ ਔਰ ਬੱਚਿਆਂ ਦੇ ਹਿੱਤ ਲਈ ਕੰਮ ਕਰਦੇ ਨੇ, ਕਿਉਂਕਿ ਇਹ ਬੱਚੇ ਜਿਹੜੇ ਆ ਸਾਡੇ ਦੇਸ਼ ਦਾ ਭਵਿੱਖ ਨੇ, ਇਹਨਾਂ ਨੇ ਵੱਡੇ ਹੋ ਕੇ ਬਹੁਤ ਬਹੁਤ ਉੱਚੇ ਮੁਕਾਮ ਤੇ ਪਹੁੰਚਣਾ। ਅੱਜ ਕੇ ਜੀ ਐਨ ਵੈਲਫੇਅਰ ਸੋਸਾਇਟੀ ਤੇ ਰੋਟਰੀ ਕਲੱਬ ਜਲੰਧਰ ਵੱਲੋਂ ਮਿਲ ਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਹੜਾ ਪ੍ਰੋਗਰਾਮ ਹੈ ਸਰਕਾਰੀ ਹਾਈ ਸਕੂਲ ਨੰਗਲੀ ਵਿੱਚ ਹੋਇਆ, ਜਿੱਥੇ ਕਿ 7 ਸਕੂਲਾਂ ਨੂੰ ਦੇ ਬੱਚਿਆਂ ਨੂੰ ਸਵੈਟਰ ਵੰਡੇ ਗਏ ਨੇ, ਜਿਹਦੇ ਵਿੱਚ 5 ਸਕੂਲ ਅੰਮ੍ਰਿਤਸਰ ਦੇ ਨੇ ਅਤੇ 2 ਸਕੂਲ ਜਿਹੜੇ ਤਰਨ ਤਾਰਨ ਦੇ ਨੇ। ਇਸ ਮੌਕੇ 'ਤੇ ਸਾਡੇ ਕੋਲ ਮੁੱਖ ਮਹਿਮਾਨ ਵਜੋਂ ਰਾਘਵ ਸੋਨੀ ਜੀ ਨੇ ਸ਼ਿਰਕਤ ਕੀਤੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਰੋਟਰੀ ਕਲੱਬ ਤੋਂ ਮੈਂਬਰਸ ਆਏ ਸੀ, ਪਾਸਟ ਜਿਹੜੇ ਗਵਰਨਰ ਸੀ ਰੋਟਰੀ ਦੇ ਆਪਣੇ ਸ਼ੇਖੋ ਸਰ ਸੀ, ਇਸ ਤੋਂ ਇਲਾਵਾ ਹੰਸ ਸਰ, ਅਦਿੱਤੀ ਮੈਡਮ ਆਏ, ਸ਼ਾਲੂ ਮੈਡਮ ਆਏ ਅਤੇ ਹੋਰ ਵੀ ਬੜੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਸਾਡੇ ਜਿਹੜੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਉਹ ਵੀ ਅੱਜ ਦੇ ਮੌਕੇ 'ਤੇ ਆਏ ਅਤੇ ਉਹਨਾਂ ਨੇ ਇਹਨਾਂ ਜਿੰਨੇ ਸਕੂਲ ਆਏ ਸੀ ਇਹਨਾਂ ਦੇ ਬੱਚਿਆਂ ਨੂੰ ਵਰਦੀ ਵੰਡੀ। ਸੋ ਮੈਂ ਕਹਿਣਾ ਚਾਹਾਂਗੀ ਕਿ ਇੱਕ ਬਹੁਤ ਅੱਛਾ ਉਪਰਾਲਾ ਹੈ, ਸਾਰਿਆਂ ਨੇ ਮਿਲ ਕੇ ਹੀ, ਚਾਹੇ ਉਹਦੇ ਵਿੱਚ ਰੋਟਰੀ ਕਲੱਬ ਜਲੰਧਰ ਹੈ, ਚਾਹੇ ਕੇ ਜੀ ਐਨ ਵੈਲਫੇਅਰ ਸੋਸਾਇਟੀ ਹੈ, ਕਿ ਅਸੀਂ ਮਿਲ ਕੇ ਜਿਹੜਾ ਹੈ ਬੱਚਿਆਂ ਲਈ ਕੁਛ ਕਰ ਰਹੇ ਹਾਂ। ਸਰਦੀ ਦੇ ਮੌਸਮ ਦੇ ਵਿੱਚ ਸਾਡੇ ਜਿਹੜੇ ਮਾਣਯੋਗ ਸਿੱਖਿਆ ਮੰਤਰੀ ਨੇ ਉਹ ਵੀ ਇਹੀ ਸੰਦੇਸ਼ ਦਿੰਦੇ ਆ ਕਿ ਵੱਧ ਤੋਂ ਵੱਧ ਜਿੰਨਾ ਮੇਰਾ ਬੱਚਿਆਂ ਲਈ ਕੀਤਾ ਜਾਵੇ ਸਰਕਾਰੀ ਸਕੂਲ ਦੇ ਬੱਚਿਆਂ ਲਈ, ਤਾਂ ਕਿ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਨੇ ਇਹਨਾਂ ਦਾ ਵਿੱਚ ਸੁਧਾਰ ਹੋਵੇ, ਇਹਨਾਂ ਨੂੰ ਅੱਛਾ ਪੜ੍ਹਾਇਆ ਜਾਵੇ, ਟੀਚਰਸ ਵੀ ਬਹੁਤ ਮਿਹਨਤ ਕਰਨ, ਔਰ ਜੋ ਇਹਦੇ ਸਿੱਖਿਆ ਮੰਤਰੀ ਬਣੇ ਨੇ ਔਰ ਕਾਫੀ ਸਿੱਖਿਆ ਵਿੱਚ ਸੁਧਾਰ ਹੋ ਵੀ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਬਹੁਤ ਸੁਧਾਰ ਹੋਏਗਾ। ਸੋ ਜਿੰਨੇ ਵੀ ਬੱਚੇ ਨੇ ਜਿਹਨਾਂ ਨੂੰ ਅੱਜ ਵਰਦੀਆਂ ਦਿੱਤੀਆਂ ਗਈਆਂ ਨੇ, ਅਤੇ ਇਹੀ ਕਹਿਣਾ ਚਾਹੁੰਦੀ ਇਹਨਾਂ ਸਵੈਟਰਾਂ ਨੂੰ ਸੰਭਾਲ ਕੇ ਰੱਖਣ, ਚੰਗੇ ਤਰੀਕੇ ਨਾਲ ਪਾਉਣ ਔਰ ਆਪਣੇ ਆਪ ਨੂੰ ਢੱਕ ਕੇ ਰੱਖਣ, ਔਰ ਇਸੇ ਤਰ੍ਹਾਂ ਹੋਰ ਵੀ ਸੰਸਥਾਵਾਂ ਅੱਗੇ ਆਉਣ ਅਤੇ ਲੋਕਾਂ ਦੀ ਮਦਦ ਕਰਨ। ਸੋ ਮੈਂ ਧੰਨਵਾਦੀ ਹਾਂ ਇਸ ਸਕੂਲ ਦੇ ਜਿਹੜੇ ਨੇ ਹੈੱਡ ਮਾਸਟਰ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ, ਇਹ ਜਗ੍ਹਾ ਪ੍ਰੋਵਾਈਡ ਕੀਤੀ ਹੈ ਜਿੱਥੇ ਕਿ ਅਸੀਂ ਸਾਰੇ ਸਕੂਲਾਂ ਨੂੰ ਬੁਲਾ ਕੇ ਵਰਦੀਆਂ ਵੰਡੀਆਂ ਨੇ। ਮੁੱਖ ਮਹਿਮਾਨ ਦਾ ਸਵਾਗਤ ਕਰਦੀ ਆਪਣੇ ਧੰਨਵਾਦ ਕਰਦੀ ਹਾਂ ਰਾਘਵ ਜੀ ਦਾ ਅਤੇ ਬਾਕੀ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਾਡੇ ਇਸ ਕੰਮ ਦੇ ਵਿੱਚ ਸਹਿਯੋਗ ਦਿੱਤਾ ਹੈ। ਥੈਂਕ ਯੂ ਵੈਰੀ ਮੱਚ। ਮੈਮ ਦੇ ਨਾਲ ਮਿਲ ਕੇ ਰੋਟਰੀ ਕਲੱਬ ਨੇ ਅਤੇ ਸ਼ਾਲੂ ਜੀ ਨੇ ਇਕੱਠਿਆਂ ਇਹ ਸਕੂਲਸ ਆਈਡੈਂਟੀਫਾਈ ਕੀਤੇ ਨੇ, 800 ਬੱਚਿਆਂ ਨੂੰ ਸਵੈਟਰਸ ਦਿੱਤੇ ਗਏ ਨੇ ਅਤੇ ਇਹ ਸਾਰਾ ਜੁਆਇੰਟ ਫੰਕਸ਼ਨ ਇਹਨਾਂ ਨੇ ਔਰਗਨਾਈਜ਼ ਕੀਤਾ। ਇਹ ਸਾਰਾ ਕ੍ਰੈਡਿਟ ਮੈਮ ਨੂੰ ਜਾਂਦਾ, ਇੱਕ ਥਾਂ 'ਤੇ ਇਹਨਾਂ ਨੇ ਸਾਰੇ ਸਕੂਲਸ ਇਕੱਠੇ ਕਰਕੇ ਦਿੱਤੇ। ਮੈਨੂੰ ਅੱਜ ਦੀ ਬੜੀ ਖੁਸ਼ੀ ਹੋਈ ਕਿ ਮੈਂ ਰਾਘਵ ਸੋਨੀ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ, ਪਰ ਉਹਨਾਂ ਦੀ ਜਿਹੜੀ ਸੋਚ ਹੈਗੀ ਆ ਉਹ ਕਾਫੀ ਮਾਡਰਨ ਹੈ ਅਤੇ ਆਪਣੇ ਵੱਲੋਂ ਉਪਰਾਲਾ ਕਰ ਰਹੇ ਨੇ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਦੇ ਸਕੀਏ। ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ, ਨਹੀਂ ਤਾਂ ਬੜੇ